ਮੈਨੂੰ ਨਾ ਦਬ ਕੇ ਜਰਣਾ ਨਹੀਂ ਆਉਂਦਾ, ਨਾ ਹੀ ਮੈਂ ਇਹਨਾਂ ਡਰਪੋਕ 'ਤੇ ਕਮਜ਼ੋਰ ਹਾਂ ਕਿ ਮੇਰੇ ਸਾਹਮਣੇ ਸਾਲਾ ਕੋਈ ਤੈਨੂੰ ਕੁਛ ਕਹੇ ਅਤੇ ਮੈਂ ਚੁੱਪ ਕਰਕੇ ਦੇਖਦਾ ਰਹਾਂ। ਤੁਸੀਂ ਉਹੀ ਕਰੋ ਜੋ ਤੁਹਾਨੂੰ ਠੀਕ ਲੱਗਦਾ, ਤੁਹਾਡੀ ਸਰਦਾਰਨੀ ਤੁਹਾਡੇ ਨਾਲ ਹੈ। ਉਹ ਇੱਕ ਆਮ ਆਦਮੀ ਹੈ ਨਾ, ਅਤੇ ਆਮ ਆਦਮੀ ਭੀੜ ਦਾ ਹਿੱਸਾ ਹੁੰਦਾ ਹੈ। ਸ਼ਹਿਰੂ ਜਾਣਾ ਸਮਝੀ, ਪਿੰਡ ਵਾਲਾ ਜੱਟ ਆ ਮੈਂ, ਲੱਤੇ ਲੱਤ ਰੱਖ ਕੇ ਵਿਚਾਲੇ ਉਪਾੜ ਦੂੰ ਸਾਲੇ ਨੂੰ। ਸ਼ਰੀਫ ਬੰਦੇ ਦਾ ਡਰ ਉਸਦਾ ਪਰਿਵਾਰ ਹੁੰਦਾ ਹੈ। ਪਰਿਵਾਰ ਬੰਦੇ ਦੀ ਕਮਜ਼ੋਰੀ ਵੀ ਤੇ ਤਾਕਤ ਵੀ।